आई पत्त झड़ता फेर की है तू अगली रुत च यकीन रखी मैं लभ के लियाना कि तू कलमा तू फुल्लां जोगी जमीन रखी ना लिबास मंगा ना ओट मंगा ना परदादारी दी खोट मंगा बस अपनी उल्फत दे ओलियां विच तू मैनू एदां ही परदा नशीन रखी आई पत्त झड़ता फेर की है तू अगली रुत च यकीन रखी अगली रुत च यकीन रखी। हाँ जी ना सुरजीत पात्र दी लिखी हुई इन्होंने सत्रों के नाल एटीएन अल्फा पंजाबी तो प्रसारित होने जा रहे प्रोग्राम वतन टीवी दे विच आप सब दा ही हार्दिक अते निघा स्वागत है। अज के इस प्रोग्राम के हमेशा की तरह कुछ गीत साझे करांगे वतन टीवी का सैगमेंट वतनदारी साझा करांगे ते नाल दी नाल पिछले दिनी पंजाबी फिल्म कबड्डी एक मुहब्बत की प्रमोशन वास्ते इस फिल्म के हास्यस कलाकार गुरप्रीत घुग्गी हीरो के रोल जो हीरो का रोल कर रहे हैं देव खरौड़ वो एडमिंटन शहर के पहुंचे उन्होंने नाल की हुई गलबात तुहाडे नाल साझी करांगे ते आओ आगाज़ करते हैं अज इस प्रोग्राम का कमल हीर की आवाज़ के इस गीत नाल। सिटियां जो सुने ललकारे ग्लोबल एजुकेशनल ट्रस्ट प्लान विच अपने बच्चों की उचेरी विद्या लई पूंजी जमा करके तुसी प्रोविंशियल अते फेडरल दी $9,200 तक दी ग्रांट लै सकदे हो। ए ग्रांट लैण लई तुहाडे बच्चे नूं 2, 3, या 4 साल स्कूल नहीं जाना पैंदा बल्कि 3 हफ्तियां दा कोर्स लैके भी तुसी पूरी दी पूरी ग्रांट दा लाभ उठा सकदे हो। तुहाडा बच्चा दुनिया दे किसी भी पोस्ट सैकेंडरी स्कूल विच जाके पढ़ सकदा है। जेकर तुहाडा बच्चा नहीं भी पढ़ता तो ग्लोबल RESP प्लान दूजे भैन भरा नूं ट्रांसफर की जा सकती है। टू लर्न मोर अबाउट ग्लोबल RESP प्लान कॉल कवल संधू टुडे एट 780-440-9310। दंदां दीआं हर किस्म दीआं बीमारियां दे प्रोफेशनल इलाज लई डॉक्टर जतिंदर प्रहार दा नाम जरूर चेते रखो। इन्हां दीआं 2 लोकेशनां तुहाडी सेवा करदीआं ने, नॉर्थ साइड वाली लोकेशन शनिवार नूं ते साउथ साइड वाली लोकेशन ऐतवार नूं खुली रहिंदी है।
ਦੰਦਾਂ ਦੀ ਇੰਸ਼ੋਰੈਂਸ ਨਾ ਹੋਣ ਤੇ ਸਪੈਸ਼ਲ ਡਿਸਕਾਊਂਟ ਵੀ ਦਿੱਤਾ ਜਾਂਦਾ ਹੈ। ਡਾਕਟਰ ਜਤਿੰਦਰ ਪ੍ਰਹਾਰ। ਐਡਮਿੰਟਨ ਸ਼ਹਿਰ ਦੇ ਵਿੱਚ ਕਿਸੇ ਵੀ ਕਿਸਮ ਦੀ ਗ੍ਰੋਸਰੀ, ਤਾਜ਼ਾ ਸਬਜ਼ੀਆਂ, ਸਾਫ਼ ਸੁਥਰੀਆਂ ਦਾਲਾਂ, ਮਸਾਲੇ, ਮਿਠਾਈਆਂ ਜਾਂ ਰਸੋਈ ਦੀ ਵਰਤੋਂ ਵਿੱਚ ਆਉਣ ਵਾਲੇ ਬਰਤਨ ਖਰੀਦਣੇ ਹੋਣ ਤਾਂ ਸੇਵਾ ਦਾ ਮੌਕਾ ਦਿਓ ਏਸ਼ੀਅਨ ਗ੍ਰੋਸਰੀ ਸੈਂਟਰ ਵਾਲੇ ਬਲਕਾਰ ਥਿੰਦ ਹੋਣਾ ਨੂੰ। ਇਹਨਾਂ ਕੋਲ ਪੁਰਾਣੀਆਂ ਅਤੇ ਨਵੀਆਂ ਹਿੰਦੀ ਪੰਜਾਬੀ ਮੂਵੀਜ਼ ਦੀ ਬੇਸ਼ੁਮਾਰ ਕੁਲੈਕਸ਼ਨ ਹੈ। ਇੱਥੋਂ ਤੁਸੀਂ ਵੈਸਟਰਨ ਯੂਨੀਅਨ ਰਾਹੀਂ ਇੰਡੀਆ ਪੈਸੇ ਭੇਜ ਜਾਂ ਮੰਗਵਾ ਵੀ ਸਕਦੇ ਹੋ। 1521 ਮਿਲਵੁੱਡਸ ਰੋਡ ਈਸਟ, ਫੋਨ ਨੰਬਰ 7804615533। ਏਸ਼ੀਅਨ ਗ੍ਰੋਸਰੀ ਸੈਂਟਰ। ਸਭ ਤੋਂ ਸਸਤੀ ਮੌਰਗੇਜ ਲੈਣ ਲਈ ਭਰੋਸੇਯੋਗ ਅਤੇ ਵਧੀਆ ਸੇਵਾਵਾਂ ਲਈ ਅੱਜ ਹੀ BMO ਦੇ ਵਿਵੇਕ ਆਹੂਜਾ ਨੂੰ ਫੋਨ ਕਰੋ 7802322573। ਅਰਿਸਟੋਕਰੇਟ ਲੀਕਰ ਮਾਰਟ ਹੁਣ 10 ਲੋਕੇਸ਼ਨਾਂ 'ਤੇ ਤੁਹਾਡੀ ਸੇਵਾ ਕਰਦਾ ਹੈ। ਵਿਆਹ ਸ਼ਾਦੀ, ਬਰਥਡੇ ਪਾਰਟੀ ਜਾਂ ਕਿਸੇ ਵੀ ਖੁਸ਼ੀ ਦੇ ਮੌਕੇ 'ਤੇ ਲੀਕਰ ਦੀਆਂ ਲੋੜਾਂ ਲਈ ਅਰਿਸਟੋਕਰੇਟ ਲੀਕਰ ਮਾਰਟ ਦਾ ਨਾਂ ਹਮੇਸ਼ਾ ਚੇਤੇ ਰੱਖੋ। ਕੀਮਤਾਂ ਬਹੁਤ ਹੀ ਘੱਟ, ਕੌਂਡੇ ਵਾਲੀ ਕਰਾਊਨ ਰੋਇਲ 58.99, ਬਲੈਕ ਲੇਬਲ 69.99, ਸ਼ਿਵਾਸ ਰੀਗਲ 69.99, ਸਮਿਰਨਾਫ ਵੋਡਕਾ 48.99, ਬਕਾਰਡੀ ਰਮ 48.99, ਕੋਈ GST ਨਹੀਂ, ਕੋਈ ਡਿਪੋਜ਼ਿਟ ਨਹੀਂ, ਕੈਸ਼ ਐਂਡ ਕੈਰੀ। ਫੋਰ ਮੋਰ ਇਨਫੋ ਵਿਜ਼ਿਟ www.aristocratliquor.ca ਔਰ ਕਾਲ 7806693804। ਅਰਿਸਟੋਕਰੇਟ ਲੀਕਰ ਮਾਰਟ। ਤੇ ਦੋਸਤੋ, ਅੱਜ ਦੇ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਜਿਵੇਂ ਆਪ ਸਭ ਨੂੰ ਮੈਂ ਦੱਸਿਆ ਸੀ ਕਿ ਪੰਜਾਬੀ ਫਿਲਮ ਕਬੱਡੀ ਇੱਕ ਮੁਹੱਬਤ ਦੀ ਪ੍ਰਮੋਸ਼ਨ ਲਈ ਗੁਰਪ੍ਰੀਤ ਘੁੱਗੀ ਅਤੇ ਦੇਵ ਖਰੌੜ ਐਡਮਿੰਟਨ ਸ਼ਹਿਰ ਦੇ ਵਿੱਚ ਪਹੁੰਚੇ। ਉਹਨਾਂ ਨੇ ਐਡਮਿੰਟਨ ਦੇ ਸਰੋਤਿਆਂ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਉਹਨਾਂ ਦੀਆਂ ਕੁਝ ਝਲਕੀਆਂ ਲੈ ਕੇ ਆਇਆ ਹਾਂ ਆਪ ਸਭ ਦੇ ਲਈ। ਪੰਜਾਬ ਨੂੰ ਲੈ ਕੇ ਇਹ ਫਿਲਮ ਬਣਾਈ ਹੈ। ਇਸ ਫਿਲਮ ਦੇ ਪ੍ਰੋਡਿਊਸਰ ਬੌਬੀ ਸਿੱਧੂ, ਅਮਨੀਤ, ਵਿਕਾਸ ਪੁਰੀ ਅਤੇ ਗੌਰਵ ਸੰਧੂ ਨੇ, ਡਾਇਰੈਕਟਰ ਗੁਰਿੰਦਰ ਡਿੰਪੀ ਨੇ। ਇਸ ਫਿਲਮ ਦੇ ਹੀਰੋ ਦੇਵ ਖਰੌੜ ਉਨੀ ਸਾਡੇ ਵਿੱਚ ਬੈਠੇ ਨੇ ਜੀ। ਦੇਵ ਜੀ, ਇੱਕ ਵਾਰ ਜ਼ੋਰਦਾਰ ਤਾੜੀਆਂ ਦੇਵ ਖਰੌੜ ਦੇ ਲਈ। ਪੰਜਾਬੀ ਦੀਆਂ ਫਿਲਮਾਂ ਅੱਜ ਕਾਫੀ ਬਿਹਤਰ ਹੁੰਦੀਆਂ ਜਾ ਰਹੀਆਂ ਨੇ ਅਤੇ ਪੰਜਾਬੀ ਭਾਈਚਾਰੇ ਦੇ ਸਹਿਯੋਗ ਤੋਂ ਬਿਨਾਂ ਫਿਲਮਾਂ ਦੀ ਜਿਹੜੀ ਕਾਮਯਾਬੀ ਆ ਉਹ ਸੰਭਵ ਨਹੀਂ ਹੈਗੀ। ਸੋ ਮੈਨੂੰ ਖੁਸ਼ੀ ਆ ਕਿ ਤੁਸੀਂ ਅੱਜ ਇੰਨਾ ਭਰਮਾ ਹੁੰਗਾਰਾ ਦਿੱਤਾ। ਵਰਲਡ ਫਾਈਨੈਂਸ਼ੀਅਲ ਗਰੁੱਪ ਵੱਲੋਂ ਅਸੀਂ ਬਾਈ ਸਰਜੀਤ ਸਿੰਘ ਗਿੱਲ ਅਤੇ ਹੈਰੀ ਗਿੱਲ, ਇਹ ਵਰਲਡ ਫਾਈਨੈਂਸ਼ੀਅਲ ਗਰੁੱਪ ਦਾ ਹਿੱਸਾ ਨੇ ਅਤੇ ਸਾਡੇ ਨਾਲ ਉੱਧਰ ਇਨਵੋਲਵ ਨੇ ਅਤੇ ਇਹਨਾਂ ਤੋਂ ਸਾਨੂੰ ਕਾਫੀ ਆਸਾਂ ਹੈਗੀਆਂ ਫਿਊਚਰ ਦੇ ਵਿੱਚ। ਅਤੇ ਜਦਕਿ ਗੁਰਪ੍ਰੀਤ ਗਿੱਲ ਭਾਅ ਜੀ, ਉਹਨਾਂ ਨੇ ਮੈਨੂੰ ਪਾਇਰੇਸੀ ਦਾ ਪੂਰਾ ਬਚਨਬੱਧ ਕੀਤਾ ਕਿ ਪਾਇਰੇਸੀ ਨਹੀਂ ਹੋਣ ਦਿੰਦੇ ਉੱਤੋਂ ਜੀ। ਅਮਰਜੀਤ ਸੋਹੀ ਜੀ ਅਤੇ ਗੁਰਪ੍ਰੀਤ ਘੁੱਗੀ ਜੀ ਆਪਣੇ ਵਿੱਚ ਆ ਚੁੱਕੇ ਨੇ, ਧੰਨਵਾਦ ਘੁੱਗੀ ਜੀ। ਅਤੇ ਰੀਅਲੀ ਮੈਂ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ ਜੀ। ਅਤੇ ਇੰਦਰਜੀਤ ਮੁੱਲਾਪੁਰੀ ਜੀ ਹੁਣੇ ਬੈਠੇ ਨੇ, ਹਰ ਸਾਲ ਪ੍ਰੋਗਰਾਮ ਕਰਾਉਂਦੇ ਨੇ ਲੁਧਿਆਣੇ, ਅਤੇ ਕਿੱਦਾਂ NRI ਭਰਾ ਅੱਗੇ ਆਏ ਅਤੇ ਕਬੱਡੀ ਨੂੰ ਦੁਬਾਰਾ ਇੱਕ ਨਾਮ ਦਿੱਤਾ ਆ, ਇੱਕ ਐਜ਼ ਏ ਸਪੋਰਟ। ਜਿੱਦਾਂ ਹੁਣ ਹਰ ਕੋਈ ਜੋ ਵੀ ਕਬੱਡੀ ਖੇਡਦਾ ਉਹ ਫਖਰ ਮਹਿਸੂਸ ਕਰਦਾ ਕਿ ਮੈਂ ਕਬੱਡੀ ਪਲੇਅਰ ਹਾਂ ਅਤੇ ਆਪਾਂ ਸਾਰੇ ਉਹਨੂੰ ਐਪਰੀਸ਼ੀਏਟ ਕਰਦੇ ਹਾਂ। ਅਤੇ ਉਸੇ ਤਰ੍ਹਾਂ ਦਾ ਅਸੀਂ ਇੱਕ ਐਫਰਟ ਕੀਤਾ ਹੈ ਕਿ ਕਬੱਡੀ ਨੂੰ ਇੱਕ ਸਕਰੀਨ ਦੇ ਉੱਤੇ ਲੈ ਕੇ ਆਈਏ ਅਤੇ ਅੱਜ ਤੱਕ ਆਈ ਥਿੰਕ ਪੰਜਾਬੀ ਸਿਨੇਮੇ ਦੇ ਵਿੱਚ ਕਬੱਡੀ ਦੇ ਉੱਤੇ ਮੂਵੀ ਨਹੀਂ ਬਣੀ। ਦਰਿਆਵਾਂ ਵਾਲੀ ਧਰਤੀ ਇਹਦੇ